ਆਖਰ ਫੜਿਆ ਹੀ ਗਿਆ ਆਪਣੀ ਪਤਨੀ ਦਾ ਕਾਤਲ। ਤਾਂ ਦੱਸੀਏ ਕਿ ਪਹਿਲਾਂ ਪਹਿਲੀ ਪਤਨੀ ਦਾ ਕਤਲ ਕਰਕੇ ਜੇਲ੍ਹ ਕੱਟ ਕੇ ਆਇਆ ਸੀ ਇਹ ਸ਼ਖਸ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੂਸਰੀ ਔਰਤ ਦੇ ਨਾਲ ਇਸਦੇ ਵੱਲੋਂ ਲਵ ਮੈਰਿਜ ਕਰਵਾਈ ਜਾਂਦੀ ਹੈ, ਉਹ ਵੀ 4 ਮਹੀਨੇ ਪਹਿਲਾਂ। ਜਿਸ ਤੋਂ ਬਾਅਦ ਇਹਨਾਂ ਦੇ ਵਿਚਕਾਰ ਝਗੜਾ ਰਹਿਣ ਲੱਗਦਾ ਹੈ, ਤੇ ਫਿਰ ਇਸ ਵਿਅਕਤੀ ਦੇ ਵੱਲੋਂ ਆਪਣੀ ਹੀ ਦੂਸਰੀ ਪਤਨੀ ਦਾ ਵੀ ਕੈਂਚੀਆਂ ਮਾਰ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਨੇ ਹੁਣ ਇਸ ਬੇਰਹਿਮ ਪਤੀ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਵੀ ਇਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ, ਤੇ ਫਿਰ ਉਸ ਮਾਮਲੇ ਦੇ ਵਿੱਚ ਇਹ 10 ਸਾਲ ਜੇਲ੍ਹ ਕੱਟ ਕੇ ਆਇਆ ਸੀ। ਹਾਲਾਂਕਿ ਹੁਣੇ ਇਹ ਬਾਹਰ ਆਇਆ ਸੀ, ਤੇ 4 ਮਹੀਨੇ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਇਸਨੇ ਇੱਕ ਔਰਤ ਦੇ ਨਾਲ ਲਵ ਮੈਰਿਜ ਕਰਵਾਈ, ਜਿਸ ਤੋਂ ਬਾਅਦ ਉਹ ਔਰਤ ਆਪਣੇ ਬੇਟੇ ਅਤੇ ਨੂੰਹ ਦੇ ਨਾਲ ਰਹਿੰਦੀ ਹੈ, ਤੇ ਇਹ ਪਤੀ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਉਸਦੇ ਨਾਲ ਆ ਕੇ ਰਹੇ, ਪਰ ਇਹ ਗੱਲ ਜੋ ਹੈ ਉਹ ਪਤਨੀ ਨਹੀਂ ਮੰਨਦੀ। ਜਿਸ ਤੋਂ ਬਾਅਦ ਇਹ ਉਸਦੇ ਘਰ ਜਾਂਦਾ ਹੈ, ਉਸਨੂੰ ਡਰਾਉਂਦਾ ਧਮਕਾਉਂਦਾ, ਤੇ ਫਿਰ ਜਦੋਂ ਉਹ ਇਸਨੂੰ ਕੋਈ ਵੀ ਗੱਲ ਨਹੀਂ ਕਹਿੰਦੀ, ਤਾਂ ਇਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਫਿਰ ਦੋਵਾਂ ਦੇ ਵਿਚਕਾਰ ਵਿਵਾਦ ਹੁੰਦਾ, ਤੇ ਕੈਂਚੀਆਂ ਮਾਰ ਕੇ ਇਹ ਆਪਣੀ ਦੂਸਰੀ ਪਤਨੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ। ਹਾਲਾਂਕਿ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਪਰ ਹੁਣ ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰ ਲਿਆ। ਤਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਇਹ ਸ਼ਖਸ ਇੱਕ ਪਤਨੀ ਦਾ ਨਹੀਂ ਸਗੋਂ ਦੋ ਪਤਨੀਆਂ ਦਾ ਕਾਤਲ ਬਣਿਆ। ਕੱਲ ਇੱਕ ਇੰਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ, ਜਿੱਥੇ ਇੱਕ ਬਜ਼ੁਰਗ ਮਹਿਲਾ ਜਿਨ੍ਹਾਂ ਦੀ ਉਮਰ 50-55 ਸਾਲਾਂ ਦੀ ਸੀਗੀ, ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਹੜਾ ਉਹਨਾਂ ਦੇ ਅਲੈਜਡ ਹਸਬੈਂਡ ਵੱਲੋਂ ਹੀ ਕੀਤਾ ਗਿਆ ਸੀ। ਉਹਨੇ ਬਹੁਤ ਹੀ ਇੱਕ ਅਨਫੋਰਚੁਨੇਟਲੀ ਇੱਕ ਬਹੁਤ ਕਰੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ, ਮਲਟੀਪਲ ਕੈਂਚੀ ਦੇ ਸਟੈਬ ਵੂਨਡ ਸੀ, ਔਰ ਉਸਦੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ। ਸੋ ਇਸ ਕੇਸ 'ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ 'ਚੋਂ ਇੰਟੀਮੇਸ਼ਨ ਆਈ ਕਿ ਇਸੇ ਇਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਿਡ ਨੇ, ਸੋ ਅਸੀਂ ਇਮੀਡੀਏਟਲੀ ਟੀਮਾਂ ਬਣਾ ਕੇ ਆਪਣੀ ਜਿਹੜੀ ਡਿਸਪੈਚ ਕੀਤੀ, ਔਰ ਜੋ ਐਕਿਊਜ਼ਡ ਸੀ ਉਹਨੂੰ ਆਈਡੈਂਟੀਫਾਈ ਵੀ ਕੀਤਾ, ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ 'ਚ ਕਾਫੀ ਦੂਰ ਜਾ ਕੇ ਉਹਨੂੰ ਰਾਊਂਡ ਅਪ ਕੀਤਾ। ਜਦੋਂ ਉਹਨੂੰ ਰਾਊਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ 'ਤੇ ਬਲੱਡ ਸਪੋਟਸ ਵੀ, ਬਲੱਡ ਸਟੇਨਸ ਵੀ ਸੀਗੇ। ਸੋ ਉਹੀ ਜਿਹੜੇ ਡਿਟੇਲਸ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਹਾਂ। ਇਹਦੇ 'ਚ FIR ਨੰਬਰ 104 ਡੇਟਡ 7/7/24 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 BNS, ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ, ਔਰ ਐਕਿਊਜ਼ਡ ਰਮਨ ਸ਼ਰਮਾ ਹੀ ਵਾਜ਼ ਰਾਊਂਡਡ ਅਪ। ਨਵੇਂ BNS ਦੇ ਤਹਿਤ ਮੌਕੇ 'ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਅਤੇ ਪ੍ਰੋਪਰ ਆਡੀਓ ਵਿਜੂਅਲ ਰਿਕਾਰਡਿੰਗ ਹੋਣਾ ਮੈਂਡੇਟਰੀ ਹੈ। ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ FIR ਵੀ ਰਜਿਸਟਰ ਹੋਈ ਅਤੇ ਉਹ 'ਚ ਜਿਹੜੀ ਹੈਗੀ ਕਾਰਵਾਈ ਵੀ ਹੋਈ। ਇਹ 'ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਐਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ, ਇਹ 'ਤੇ ਪਹਿਲਾਂ ਵੀ 2015 'ਚ ਵੀ ਇੱਕ ਪਰਚਾ ਹੈ FIR ਨੰਬਰ 56/15 ਅੰਡਰ ਸੈਕਸ਼ਨ 302 PS ਸਿਟੀ ਜਲਾਲਾਬਾਦ। ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ, ਅਤੇ ਇਹ ਜੇਲ੍ਹ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ, ਐਂਡ ਉਸ ਤੋਂ ਬਾਅਦ ਇਹ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ, ਐਂਡ ਦੈਨ ਅਲਟੀਮੇਟਲੀ ਦੇ ਮੈਰਿਡ ਦੈਮ ਈਚ ਅਦਰ ਇਨ ਅ ਕੋਰਟ। ਸੋ ਇੱਕ ਬਹੁਤ ਹੀ ਅਨਫੋਰਚੁਨੇਟ ਔਰ ਸੈਂਸੇਸ਼ਨਲ ਕ੍ਰਾਈਮ ਸੀ, ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਐਕਿਊਜ਼ ਨੂੰ ਆਈਡੈਂਟੀਫਾਈ ਕੀਤਾ, ਬਲਕਿ ਕੁਛ ਹੀ ਘੰਟਿਆਂ ਦੇ ਤਹਿਤ ਉਹਨੂੰ ਅਰੈਸਟ ਵੀ ਕੀਤਾ। ਮੈਂ ਕਤਲ ਤੋਂ ਬਾਅਦ ਕਿੱਥੇ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਕਿੱਥੇ ਭੱਜਿਆ ਸੀਗਾ ਇਹ? ਜੀ ਦੇਖੀਏ, ਸਾਨੂੰ ਤੋਂ ਹਸਪੀਟਲ 'ਚੋਂ ਇੰਟੀਮੇਸ਼ਨ ਆਈ ਸੀਗੀ, ਬਿਕੋਜ਼ ਇਟ ਵਾਜ਼ ਅ ਕ੍ਰਾਈਮ ਆਫ ਪੈਸ਼ਨ ਬਿਟਵੀਨ ਟੂ ਇੰਡੀਵਿਜੁਅਲਸ। ਇੱਕ ਪਬਲਿਕ ਪਲੇਸ 'ਤੇ ਨਹੀਂ ਸੀ, ਇੱਕ ਘਰ 'ਚ ਸੀ,
ਤੋ ਜਿਵੇਂ ਜਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਡਿਸਪੈਚਡ ਆਰ ਟੀਮਸ ਔਰ ਇਹ ਜੋ ਹੈ ਫਾਜ਼ਿਲਕਾ ਜ਼ਿਲ੍ਹੇ ਕੀ ਹੱਦ ਤੋਂ ਬਾਹਰ ਸੇ ਅਰੈਸਟ ਹੋਇਆ ਜੀ। ਨਹੀਂ ਇਹ ਆਪਣੀ ਸਜ਼ਾ ਕੱਟ ਕੇ ਬਾਹਰ ਆਇਆ ਹੋਇਆ ਸੀ। ਇਹਦੀ ਵਜ੍ਹਾ ਇਹ ਹੈ ਕਿ ਇੱਕ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ ਟੂ ਟੈਲ ਦ ਐਕਿਊਜ਼ਡ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਜ਼ ਹੈਗੀ ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ। ਸੋ ਇਹ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ ਔਰ ਫਿਰ ਅਰਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਲੜਾਈ ਝਗੜਾ ਹੋਇਆ ਤਾਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲਾ ਉਹਨੇ ਫਿਰ ਇਨ ਅ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਲੇਡੀ ਦਾ ਮਰਡਰ ਕੀਤਾ। ਕਿੰਨੇ ਈਅਰ ਦਾ ਸੀ ਜੀ ਇਹ ਅਬਿਊਜ਼ ਨਾਲ ਹੀ ਰਹਿ ਰਿਹਾ ਸੀ ਕਿ ਇਹ ਹਾਂਜੀ ਇਹਦੇ ਨਾਲ ਹੀ ਰਹਿ ਰਿਹਾ ਸੀ। ਕਿੰਨੇ ਈਅਰ ਦਾ ਸੀ ਅਬਿਊਜ਼? ਇਹਦੀ ਵੀ ਉਮਰ ਜੀ ਇਹੀ ਹੈ ਕਿ 55-60 ਸਾਲਾਂ ਦੇ ਵਿੱਚ। ਮੈਂ ਜਿਹੜਾ ਪਹਿਲਾ ਮਰਡਰ ਹੋਇਆ ਸੀਗਾ ਲੇਡੀਜ਼ ਦਾ ਇਹਦੀ ਵਾਈਫ ਦਾ ਉਹ ਕਿਸ ਤਰ੍ਹਾਂ ਵਾਰਦਾਤ ਅੰਜਾਮ? ਉਹ ਵੀ ਆਲਮੋਸਟ ਸਿਮਿਲਰ ਤਰੀਕੇ ਨਾਲ ਹੀ ਇਹਨੇ ਬਹੁਤ ਹੀ ਇੱਕ ਜਿਵੇਂ ਕਹਿੰਦੇ ਨੇ ਕਿ ਕ੍ਰੂਅਲ ਜਘਨਯ ਅਪਰਾਧ ਜਿਹਨੂੰ ਕਹਿੰਦੇ।